ਬਿਆਨ ਕਰ ਚੁੱਕੇ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਪਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜਾ ਕੇ ਚੂਰਾ ਚੂਰਾ ਕਰਕੇ ਸਾਡੇ ਕੋਲ ਆਇਆ ਕਰੋ, ਅਸੀਂ ਸਾਂਭਾਂਗੇ। ਆ ਖੱਟੜਾ ਪਿੰਡ ਹੈ ਲੁਧਿਆਣੇ ਜ਼ਿਲ੍ਹੇ ਚ, ਰਾੜਾ ਸਾਹਿਬ ਤੋਂ 4 ਕਿਲੋਮੀਟਰ ਪੈਂਦਾ ਖੱਟੜਾ ਪਿੰਡ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦਾ ਰੁਮਾਲਾ ਲਾ ਕੇ ਖਾਲਸਾ ਜੀ ਗੋਹੇ ਦੇ ਵਿਚ ਰੂੜੀ ਵਿਚ ਦੱਬ ਦਿੱਤਾ, ਉਹ ਸਰੂਪ ਰੂੜੀ ਵਿਚੋਂ ਕੱਢਿਆ ਸਿੰਘਾਂ ਨੇ। ਹੁਣ ਤੱਕ ਉਹ ਸਰੂਪ ਗੋਹੇ ਨਾਲ ਲਿਬੜਿਆ ਹੋਇਆ ਉੱਥੇ ਗੁਰਦੁਆਰੇ ਬਿਰਾਜਮਾਨ ਹੈ। ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ, ਤੁਹਾਡੇ ਚ ਕਿੰਨੇ ਗਏ ਉੱਥੇ ਦੱਸੋ, ਇੱਕ ਬੰਦਾ ਵੀ ਦੱਸੋ ਗਏ ਹੈ? 3 ਮਹੀਨੇ ਹੋ ਗਏ ਇਸ ਕੇਸ ਨੂੰ, ਇਹ ਮੇਰੇ ਕੋਲ ਆ ਜਾਂਦੇ ਆ, ਜਥੇਦਾਰਾਂ ਨੂੰ ਮਿਲ ਲੈਂਦੇ ਆ, ਪ੍ਰਧਾਨ ਸਾਹਿਬ ਨੂੰ ਕਹਿ ਦਿੰਦੇ ਆ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਹਦੇ ਤੇ ਲਿਖਾਉਣਾ ਤੁਸੀਂ ਦੱਸੋ ਗੁਰੂ ਕੇ ਪਿਆਰਿਓ। ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿਨ੍ਹਾਂ ਨੇ ਜਾ ਕੇ ਉੱਥੇ ਇਨਕੁਆਇਰੀ ਕੀਤੀ, ਤੇ ਜਾਂ ਇਸ ਨੂੰ ਗੋਹੇ ਵਿਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤੇ ਦੱਸੋ। ਉਹ ਕਿਹਨੂੰ ਪੁੱਛਣਾ, ਕਿਹਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ? ਐਦੋਂ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ? ਦਰਬਾਰ ਸਾਹਿਬ ਦਾ ਸਥਾਨ ਹੋਵੇ, 5ਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ, 10 ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ, ਸੰਗਤ ਵਿਚ ਖੜੋ ਕੇ ਮੈਂ ਜ਼ਿੰਮੇਵਾਰੀ ਨਾਲ ਗੱਲ ਤੁਹਾਨੂੰ ਕਹਿ ਰਿਹਾ, ਤੇ ਫੇਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ, ਤੇ ਪਿੱਛੋਂ ਕਹੋ ਬਾਬਾ ਜੀ ਜੋ ਕਹੋਗੇ ਕਰਾਂਗੇ, ਕੀ ਕਰੋਗੇ ਫਿਰ ਤੁਸੀਂ? ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਤੇ ਸੂਝਵਾਨ ਹਾਂ ਮੁੱਖ ਮੰਤਰੀ ਪੰਜਾਬ ਦਾ, ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ, ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ ਤੇ ਇੱਥੇ ਨਹੀਂ ਸੀ, ਪਰ ਮੈਨੂੰ ਪਤਾ ਲੱਗਾ, ਲੀਡਰ ਸਾਹਿਬਾਨਾਂ ਨੂੰ ਤਾਂ ਪਤਾ ਸਾਰਾ, ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ। ਬੜਾ ਅਖਬਾਰਾਂ ਨੇ ਹੱਥ ਚੁੱਕੇ ਜਿਹੜੇ ਵਿਰੋਧੀ ਸੀ, ਸਾਰੇ ਦੁਨੀਆਂ ਚ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ, ਸਿੱਖ ਅਲੈਦਗੀ ਚਾਹੁੰਦੇ ਆ, ਸਿੱਖ ਵੱਖਰਾ ਹੋਣਾ ਚਾਹੁੰਦੇ ਆ। ਮੈਂ ਦਿੱਲੀ ਰਹਿ ਕੇ ਆ 10 ਦਿਨ, ਮੈਨੂੰ ਵੀ ਉੱਥੇ ਪੁੱਛਿਆ ਗਿਆ, ਇੱਥੇ ਵੀ ਨਿਤ ਪੁੱਛਦੇ ਜਿਹੜੇ ਬਾਹਰੋਂ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ, ਸੰਤ ਜੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ? ਮੈਂ ਭਾਈ ਨਾ ਅਸੀਂ ਵਿਰੋਧ ਤਾਂ ਕਰਦੇ ਹਾਂ ਤੇ ਨਾ ਜੇ ਹਮਾਇਤ ਕਰਦੇ, ਚੁੱਪ ਹੈ। ਹਾਂ ਇੱਕ ਗੱਲ ਨਿਸ਼ਚੇ ਵਾਚਕ ਹੈ, ਜੇ ਐਰਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜ਼ਰੂਰ ਲਵਾਂਗੇ, ਛੱਡਦੇ ਨੀ, 1947 ਵਾਲੀ ਗਲਤੀ ਨਹੀਂ ਕਰਦੇ, ਪਰ ਮੰਗਦੇ ਆ ਜੇ ਨਹੀਂ। ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਤੇ ਨਾ ਲੌਂਗੋਵਾਲ ਦਾ, ਨਾ ਕਿਸੇ ਹੋਰ ਸਾਡੇ ਲੀਡਰ ਦਾ, ਇਹ ਕੰਮ ਆ ਇੰਦਰਾ ਦਾ। ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿਚ ਨਾਲ ਰੱਖਣਾ ਜਾਂ ਨਹੀਂ ਰੱਖਣਾ, ਅਸੀਂ ਨਾਲ ਰਹਿਣਾ ਚਾਹੁੰਦੇ, ਹਿੰਦੁਸਤਾਨ ਵਿਚ ਰਹਿਣਾ ਚਾਹੁੰਦੇ ਆ, ਇੰਦਰਾ ਦੱਸੇ ਕਿ ਰੱਖਣਾ ਕਿ ਨਹੀਂ। ਕੰਮ ਉਹਦਾ ਪੁੱਛਦੇ ਸਾਨੂੰ, ਅਸੀਂ ਕੋਈ ਚੌਕੀਦਾਰ ਥੋੜਾ, ਉਹਦੇ ਵੀ ਉਹਦਾ ਕੰਮ ਅਸੀਂ ਕਰੀਏ। ਸਿੱਖ ਇਕ ਵੱਖਰੀ ਕੌਮ ਹੈ, ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ। 3-4 ਦਿਨ ਹੋਏ ਹੈ, ਇੱਕ ਖਬਰ ਆਈ ਹੈ ਇੰਗਲੈਂਡ ਵਿਚ ਪਗੜੀ ਦੇ ਸਬੰਧ ਵਿਚ ਫੈਸਲਾ ਹੋਇਆ, ਪੜ੍ਹੇ ਲਿਖੇ ਵੀਰਾਂ ਨੂੰ ਵੀ ਬਹੁਤ ਗਿਆਤ ਹੈ ਤੇ ਬੜੀ ਡੂੰਘੀ ਗੱਲ ਹੈ। ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇਕ ਵੱਖਰੀ ਕੌਮ ਹੀ ਨਹੀਂ, ਕੱਲੀ ਸਿੱਖ ਇਕ ਵੱਖਰੀ ਨਸਲ ਹੈ, ਸਿੱਖ ਇਕ ਵੱਖਰੀ ਨਸਲ ਹੈ। ਨਸਲ ਜਿਵੇਂ ਬਾਗ ਹੁੰਦਾ ਹੈ ਫਲਾਂ ਦਾ, ਉਹਦੇ ਵਿਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ, ਉਹਨੂੰ ਸਾਰੇ ਨੂੰ ਬਾਗ ਕਹਿ ਦਿੰਦੇ ਆ, ਪਰ ਉਹਦੇ ਵਿਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ। ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹਨ ਹੀ,
ਪਰ ਇਹ ਇੱਕ ਵੱਖਰੀ ਨਸਲ ਵੀ ਹੈ ਦੁਨੀਆ ਵਿੱਚੋਂ। ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਵੇ, ਸਿੱਖ ਇੱਕ ਵੱਖਰੀ ਕੌਮ ਹੈ, ਤੇ ਮਹਾਸ਼ੇ ਕਹਿਣ ਨਹੀਂ ਜੀ, ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ। ਜੇ ਤਾਂ ਜਰੇਮ ਆਪਣਾ ਸਾਨੂੰ ਜਰੇਮ ਪੈਸਾ ਕਰਾਰ ਦੇਣਾ ਤੇ ਕਹਿੰਦੇ ਜੀ ਇਹ ਵੱਖਰੇ, ਜੇ ਅਸੀਂ ਨੌਕਰੀ ਕਰਨੀ ਹੈ ਤੇ ਇਹ ਵੱਖਰੇ, ਇਹਨਾਂ ਨੂੰ ਡੇਢ ਨੂੰ ਭਰਤੀ ਕਰੋ ਤੇ ਦੂਜੇ 98.5 ਕਰੋ, ਤੇ ਜੇ ਪੇਟ ਪੂਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ, ਫਿਰ ਹਿੰਦੂਆਂ ਦਾ ਇੱਕ ਅੰਗ ਹੈ। ਇਹ ਕੀ ਕਾਰਨ ਹੈ? ਅੱਗੇ ਵੀ ਇੱਕ ਦਿਨ ਦਾਸ ਨੇ ਬਿਆਨ ਦਿੱਤਾ ਸੀ, ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ, ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ, ਤੇ ਜੇ ਸਿੱਖ ਅੱਤਵਾਦੀ ਹੈ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ। ਅੱਤਵਾਦੀ ਕਹਿਣਾ ਤੇ ਸਿੱਖ ਨੂੰ, ਤੇ ਜੇ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ, ਇਹਦਾ ਜਵਾਬ ਦੇਵੇ ਗੌਰਮੈਂਟ, ਉੱਥੇ ਬੈਠੇ ਪਾਰਲੀਮੈਂਟ